ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ। ਵੀਰੋ, ਅੱਜ ਅਸੀਂ ਤੁਹਾਡੇ ਲਈ ਇੱਕ ਟਰੈਕਟਰ ਦੀ ਵੀਡੀਓ ਲੈ ਕੇ ਆਏ ਹਾਂ। ਇਹ ਆਪਣੇ ਯਾਰ ਦੋਸਤ ਨੇ ਲਿਆ ਟਰੈਕਟਰ, ਇਹ ਵੀ ਇਹ ਆ ਟਰੈਕਟਰ ਮਹਿੰਦਰਾ ਨੋਵੋ 655 DI। ਇਹ ਦੇਖੋ ਪਹਿਲਾਂ ਤਾਂ ਟਰੈਕਟਰ, ਇਹ 2-wheel ਡਰਾਈਵ ਹੈ। ਮੂਹਰਲੇ ਟਾਇਰ ਇਹਦੇ 750-16 ਦੇ ਨੇ, ਪਿਛਲੇ ਟਾਇਰ 16-9-28 ਦੇ। ਇਹ ਪੂਰਾ 65 ਹਾਰਸ ਪਾਵਰ ਦਾ ਟਰੈਕਟਰ ਹੈ ਅਤੇ 56.5 ਹਾਰਸ ਪਾਵਰ ਦੀ ਇਹਦੀ PTO ਪਾਵਰ ਹੈ। ਬਹੁਤ ਬੜਾ ਟਰੈਕਟਰ ਬਣਾਇਆ ਗਿਆ। ਦੇਖੋ ਮੂਹਰੇ ਇਹਦੇ ਐਕਸਟਰਾ ਵੇਟ ਲਾਏ ਗਏ ਨੇ। ਇੱਕ ਪਲੇਟ 27 ਕਿਲੋ ਦੀ ਇੱਕ ਪਲੇਟ ਹੈ ਅਤੇ ਇਹਦੇ 'ਚ 1, 2, 3, 4, 5, 6, 7 ਅਤੇ 8 ਪਲੇਟਾਂ ਲਾਈਆਂ ਗਈਆਂ ਨੇ, ਜਿਹਦੇ ਨਾਲ ਮਤਲਬ ਇਹਦਾ ਮੂਹਰੋਂ ਵੇਟ ਬਣੇ ਚੰਗਾ। ਅਤੇ 4 ਸਿਲੰਡਰ ਟਰੈਕਟਰ ਆ ਇਹ, ਵਿਦਆਊਟ ਟਰਬੋ ਆ। ਅਤੇ ਜੇ ਇਹਦੇ ਗੇਅਰਾਂ ਦੀ ਗੱਲ ਕਰੀਏ, ਆ ਮੈਂ ਤੁਹਾਨੂੰ ਦਿਖਾਉਣਾ ਇੱਦਾਂ ਦਾ ਇਹਦਾ ਪਲੈਟਫਾਰਮ ਆ ਫਲੈਟ, ਅਤੇ ਆਹ ਇਹਦੀ ਮੂਹਰੋਂ ਲੁੱਕ ਹੈ। ਇਹਦੇ ਆ ਰਾਈਟ ਸੱਜੇ ਪਾਸੇ 5 ਗੇਅਰ ਨੇ ਅਤੇ ਹਾਈ, ਲੋ ਅਤੇ ਮੀਡੀਅਮ 'ਚ ਇਹ ਆਉਂਦਾ। ਆਹ ਇਹਦਾ ਸ਼ਟਲ ਗੇਅਰ ਹੈ, ਬੈਕ ਗੇਅਰ ਨਹੀਂ ਇਹਨੂੰ ਹੈਗਾ। ਇਹਦੇ 'ਚ ਹੀ ਇਹ 19 ਸਪੀਡਾਂ ਅੱਗੇ ਦੀਆਂ ਨੇ, 19 ਹੀ ਪਿੱਛੇ ਦੀਆਂ ਨੇ। ਅਤੇ ਆਹ ਇਹਦਾ ਲੀਵਰ ਹੈ, ਬਿਲਕੁਲ ਪਹੁੰਚ ਦੇ ਕੋਲ ਲਾਇਆ ਹੈ, ਜਿਹੜਾ ਪਿਛਲੇ ਡਿਸਟ੍ਰੀਬਿਊਟਰਾਂ ਨੂੰ ਕੰਟਰੋਲ ਕਰਦਾ। ਮੈਂ ਪਿੱਛੋਂ ਵੀ ਦਿਖਾਉਂਦਾ ਟਰੈਕਟਰ ਤੁਹਾਨੂੰ। ਆਹ ਦੇਖੋ ਇਹਦੇ 'ਚ 2600 ਕਿਲੋ ਦੀ ਲਿਫਟ ਕਪੈਸਿਟੀ ਹੈ। ਅਤੇ ਆਹ ਛਤਰੀ ਇਹਨੂੰ ਪਹਿਲਾਂ ਹੀ ਲੱਗੀ ਹੋਈ ਸੀ ਉੱਪਰ। ਆਹ ਸਾਡਾ ਵੀਰ ਅੰਦਰ ਚਲਿਆ ਗਿਆ, ਮੈਨੂੰ ਲੱਗਦਾ ਇਹਦੀ ਆਹ ਜਿਹੜੀ ਫਾਈਬਰ ਹੁੱਡ ਹੈ ਇਹ ਵੀ ਇਹਦੇ ਨਾਲ ਪਹਿਲਾਂ ਹੀ ਆਉਂਦੀ ਹੈ। ਅਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਟਰੈਕਟਰ ਕਿਵੇਂ ਲੱਗਿਆ। ਫਲੈਟ ਪਾਏਦਾਨ ਹੈ ਇਹਦਾ। ਜਿਹੜੇ ਇਹਦੇ ਕਲੱਚ ਅਤੇ ਬ੍ਰੇਕ ਹੈ ਉਹ ਵੀ ਸਸਪੈਂਡਲ ਟਾਈਪ ਨੇ, ਮਤਲਬ ਉੱਪਰੋਂ ਥੱਲੇ ਨੂੰ ਆਉਂਦੇ ਨੇ। ਅਤੇ EGR ਸਿਸਟਮ 'ਚ ਆ ਟਰੈਕਟਰ ਇਹ। ਸਾਰੇ ਕਮੈਂਟ ਕਰਕੇ ਦੱਸਿਓ ਵੀ ਇਹ ਕਿਵੇਂ ਲੱਗਿਆ। ਇਹ ਬਿਲਕੁਲ ਨਵਾਂ ਹੀ ਆ ਹਜੇ। ਇਹਦੇ ਮੁਤਾਬਕ ਪਹਿਲਾਂ ਇਹਨਾਂ ਕੋਲ 605 ਸੀ ਅਰਜਨ, ਇਹਦੇ ਅਕੋਰਡਿੰਗ ਇਹਨਾਂ ਨੇ ਹਜੇ ਮਾੜੇ ਮੋਟੇ ਜਿਵੇਂ ਥੋੜ੍ਹੇ ਜਿਹੇ ਕਲਟੀਵੇਟਰ ਅਗਲਾ ਬੜੇ ਕਰ ਲੈਂਦਾ ਜਾਂ ਤਵੀਆਂ 1-2 ਵਧਾ ਲੈਂਦਾ। ਹਜੇ ਜਿਹੜੇ ਸੰਦ ਨੇ ਉਹ ਵੀ ਨਹੀਂ ਮਤਲਬ ਇਹਨਾਂ ਨੇ ਚੇਂਜ ਕੀਤੇ। ਪਰ ਆ ਟਰੈਕਟਰ ਆ ਵੀਰੋ, ਦੇਖਿਓ ਕਿੱਦਾਂ ਦਾ ਟਰੈਕਟਰ ਆ, ਕਾਫੀ ਤਕੜਾ ਟਰੈਕਟਰ ਆ ਯਾਰ। ਅਤੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਜ਼ਰੂਰ, ਜੇ ਵੀਡੀਓ ਵਧੀਆ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਆਪਣੇ ਚੈਨਲ ਟਰੈਕਟਰ ਟੀਮ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਸਪੋਰਟ ਕਰਿਓ ਵੀਰ ਦੀ ਵੀਰੇ, ਤਾਂ ਜੋ ਆਪਾਂ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓ ਲੈ ਕੇ ਆਈਏ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।